ਪਾਜੀ ਪਾਜੀ ਇਹਦੇ ਨਾਲ ਵਿਆਹ ਕਰਾਉਣਾ ਮੈਂ ਬਾਈ ਫੋਰ ਸਿੱਧੂ ਭਾਜੀ ਇਹਦੇ ਨਾਲ ਵਿਆਹ ਕਰਾਉਣਾ ਮੈਂ ਤਾਂ ਤੁਸੀਂ ਵੀ ਕਰ ਦਿਓ ਫਿਰ ਸਾਡੀ ਮੈਡਮ ਸਾਡੀ ਡਾਇਰੈਕਟਰ ਸਾਹਿਬ ਮਿਸ ਮਿਸਿਸ ਬਈ ਇਲੂ ਬਿਲੂ ਡਿੱਕੂ ਯਾਰ ਬਹੁਤ ਗਲਤ ਚੀਜ਼ ਪੇਸ਼ ਕਰੀ ਕਰ ਰਿਹਾ ਬੰਦਾ ਮੜੀ ਬਾਜ ਦਾ ਕਰ ਲਾ ਯਾਰ ਐਂ ਤਾਂ ਪਤਾ ਨਹੀਂ ਲੱਗਦਾ ਕੁਛ ਹੋਰ ਦੇਖੀ ਜਾਂਦਾ ਦੁਬਾਰਾ ਸ਼ੁਰੂ ਕਰੋ ਆ ਦੇਖ ਲੋ ਕੀ ਚੱਲਦਾ ਤੈਨੂੰ ਸਾਲੇ ਬਹੁਤ ਲੱਗੀ ਜਾਂਦੇ ਆ ਰਾਤ ਜਿਲ੍ਹੇ ਸੀ ਯਾਰ ਸ਼ੂਟ ਸਵੇਰੇ ਮਤਲਬ ਅੱਜ ਸਵੇਰੇ 5 ਵਜੇ ਤੱਕ ਵਾਹਵਾ ਥੱਕ ਗਏ 2 ਘੰਟੇ ਦੀ ਨੀਂਦ ਕੱਢ ਕੇ ਤਿਆਰ ਸ਼ਿਆਰ ਹੋ ਕੇ ਹੁਣ ਦੁਬਾਰਾ ਮੈਂ ਚੱਲਿਆ ਆਪਣੇ ਦਫ਼ਤਰ ਪੂਰਾ ਦਿਨਾਂ 'ਚ ਉੱਥੇ ਕੰਮ ਕਰਾਂਗੇ ਫਿਰ ਸ਼ਾਮ ਨੂੰ ਫਿਰ ਆਵਾਂਗੇ ਉਹ ਭਾਈ ਚਾਹ ਐਸ਼ਮੁਰ ਦੀ ਪਈ ਸੀ ਡੁੱਲੀ ਆਉਂਦੀ ਹੁਣ ਆਇਆ ਭਾਈ ਅੱਜ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਆਫਿਸ ਦਾ ਨਜ਼ਾਰਾ ਦਿਖਾਉਂਦੇ ਹਾਂ ਵੀ ਕਿੱਦਾਂ ਆਉਂਦਾ ਹੈ ਅੰਦਰੋਂ ਬਾਹਰੋਂ ਹੈ ਨਾ ਲੋਕੇਸ਼ਨ ਚੈੱਕ ਕਰਾਈਏ ਆਪਾਂ ਗਏ ਆਪਣੇ 3rd floor 'ਤੇ ਅਤੇ ਆਫਿਸ ਤੋਂ ਪਹਿਲਾਂ ਆਪਾਂ ਆਪਣਾ ਬਾਹਰ ਦਾ ਦਿਖਾਉਂਦੇ ਹਾਂ ਸੀਨ ਇਹ ਬਾਹਰ ਇੱਥੇ ਆਪਾਂ ਖੜੀ ਦਾ ਕਿਉਂਕਿ ਬੈਕ ਕੈਮਰਾ ਕਰਕੇ ਦਿਖਾਉਣਾ ਆਫਿਸ ਦੇ ਆਪਣੇ ਬਾਹਰ ਦਾ ਸੀਨ ਆ ਇੱਥੇ ਆਹ ਟਰੈਕਟਰ ਟਰੈਕਟਰ ਸਵਰਾਜ ਸਵਰਾਜ ਹਨੇਰੀਆਂ ਲਿਆ ਰੱਖੀਆਂ ਵਿੱਚ ਕੰਬਾਈਨਾਂ ਆ ਦਿਖ ਰਹੀਆਂ ਹੋਣੀਆਂ ਅਤੇ ਆਹ ਟਰੈਕਟਰ ਹੋ ਗਏ ਇੱਕ ਆ ਇੱਥੇ ਨਾ ਛੋਟੇ ਛੋਟੇ ਟਰੈਕਟਰ ਵੀ ਆ ਨਿੱਕੇ ਨਿੱਕੇ ਜੇ ਬਹੁਤ ਸੋਹਣੇ ਲੱਗਦੇ ਆ ਬਈ ਵੇਖਣ ਨੂੰ ਇਹ ਆਹ ਦੇਖੋ ਉਹ ਸਾਹਮਣੇ ਵੈਂਬਲੇ ਆ ਇਹ ਲੋਕੇਸ਼ਨ ਆਪਣੇ ਬਾਹਰ ਦੀ ਅਤੇ ਆਹ ਖੜੀ ਆਪਣੀ ਗਲਬੋ ਇੱਦਾਂ ਦਾ ਆਪਣਾ ਬਾਹਰ ਦਾ ਸਿਸਟਮ ਆਫਿਸ ਦਾ ਆਪਾਂ ਚੱਲਦੇ ਹਾਂ ਅੰਦਰ ਅੰਦਰ ਮੈਨੂੰ ਲੱਗਦਾ ਨਹੀਂ ਇਹ ਹੋਰ ਕੰਪਨੀ ਨੇ ਬਈ ਲਾਗੇ ਤਾਗੇ ਇਹ ਆਪਣੀ ਬੋਸ ਦਾ ਅਤੇ ਮੈਨੂੰ ਲੱਗਦਾ ਮੈਂ ਛੇਤੀ ਆ ਗਿਆ ਇਹ ਆਪਣੇ ਦਫ਼ਤਰ ਦਾ ਸੀ ਹਾਏ ਗਾਇਜ਼ ਗੁੱਡ ਮਾਰਨਿੰਗ ਕਿੱਦਾਂ ਬਹੁਤ ਵਧੀਆ ਇਹ ਬਾਤ ਅਕਲ ਆ ਗਈ ਬੰਦੇ ਨੂੰ ਅਕਲ ਆ ਗਈ ਅਕਲ ਆ ਗਈ ਤੂੰ ਲੰਬਾ ਜ਼ਿਆਦਾ ਨਹੀਂ ਪਾਉਂਦੇ ਮੈਂ ਇੱਥੇ ਜਿੱਥੇ ਪਾਉਣਾ ਬਾਈ ਸਰੇ ਕਾਲ ਬਾਕੀ ਨਹੀਂ ਆਇਆ ਕੋਈ ਮੈਂ ਛੇਤੀ ਆ ਗਿਆ ਬਾਈ ਜਿਸ ਨਾਲ ਤੂੰ ਨੇੜੇ ਨੇੜੇ ਜਾਂਦਾ ਸੀ ਬੰਦਾ ਤੂੰ ਡਰਾ ਛੱਡਿਆ ਕੌਣ ਆਇਆ ਉਹ ਕੌਣ ਆਇਆ ਆ ਗਿਆ ਨਿਸ਼ੂ ਆ ਗਿਆ ਕਿੱਦਾਂ ਹੋਰ ਕਿਵੇਂ ਆ ਮੈਂ ਸ਼ੁਰੂ ਹੋ ਰੱਖਿਆ ਤੇਰਾ ਸਵੇਰ ਤੋਂ ਹੀ ਹੋਰ ਮੈਂ ਕਿਹਾ ਚੱਲ ਵੇ ਹੁਣ ਮੇਰਾ ਹੌਂਸਲਾ ਬਹੁਤ ਆਇਆ ਮੈਂ ਜਿਹੜੇ 10-12 ਵਿਊਜ਼ ਆਉਂਦੇ ਨੇ ਨਾ ਉਹੀ ਬਹੁਤ ਨੇ ਮੇਰੇ ਲਈ ਤਾਂ ਬਰਥਡੇ ਨਾਈਟ ਕਿੱਦਾਂ ਰਹੀ ਬਹੁਤ ਘੈਂਟ ਸੀ ਬਾਈ ਅਸੀਂ ਨਾਲ ਸੀ ਘੈਂਟ ਹੋਈ ਉਹ ਤਾਂ ਹੋਣੀ ਹੋਣੀ ਆ ਕਿੱਦਾਂ ਆਪਣੇ ਚੈਨਲ ਦਾ ਨਾਮ ਰੱਖੋ ਕਾਚਾ ਮਾਚਾ ਆਫੀਸ਼ੀਅਲ ਯਾਰ ਫਿਰ ਸਾਡਾ ਨਾਮ ਰੋਲ ਜਾਣਾ ਨਾ ਅਸੀਂ ਉਦੋਂ ਹੀ ਕਾਜੇ ਮਾਚੇ ਹਾਂ ਇਹ ਸਾਡਾ ਹੋਣਹਾਰ ਸਿੰਗਰ ਆਪਾਂ ਬਹੁਤ ਛੇਤੀ ਇਹਨੂੰ ਰਿਲੀਜ਼ ਕਰਾਂਗੇ ਐਜ਼ ਅ ਸਿੰਗਰ ਬਹੁਤ ਸੋਹਣਾ ਗਾਉਂਦਾ ਮੁੰਡਾ
ਕੌਣ ਹੋਵੇ ਤੂੰ ਇਹ ਸਵਾਲ ਅਸੀਂ ਤੈਨੂੰ ਪੁੱਛਾਂਗੇ ਫਿਰ ਕੌਣ ਹੋਵੇ ਤੂੰ ਇਹ ਸਾਲਾ ਦੇਖ ਕੁਛ ਕੀਤਾ ਹੈ ਨਹੀਂ ਪਹਿਲੀ ਆਵਾਜ਼ ਆ ਗਿਆ ਕਹਿੰਦਾ ਕੌਣ ਹੋਵੇ ਤੂੰ ਭੁੱਲ ਗਿਆ ਤੂੰ ਗਿੱਪੀ ਗਰਵਾਲ ਦਾ ਭਾਂਜਾ ਏ ਹਾਂ ਬਈ ਭਾਂਜ ਨਹੀਂ ਉਹਦਾ ਭਤੀਜਾ ਹੈ ਭਤੀਜਾ ਬਈ ਉਹਦਾ ਭਤੀਜਾ ਗਿੱਪੀ ਦਾ ਭਤੀਜਾ ਮਾੜਾ ਪਿੱਠ ਕਰਕੇ ਹੀ ਖੜਿਆ ਮੈਂ ਥੰਬਨੇਲ ਲਾ ਦੂੰਗਾ ਇੱਥੇ ਮਾੜਾ ਟੇਢਾ ਜਿਹਾ ਦਿਨਾਂ ਗਿੱਪੀ ਦਾ ਭਤੀਜਾ ਹੋਰ ਗਿੱਪੀ ਭਾਈ ਦਾ ਭਤੀਜਾ ਪਤਾ ਨਹੀਂ ਕਹਿੰਦਾ ਗਿੱਪੀ ਦਾ ਭਤੀਜਾ ਬਾਈ ਇਹ ਅਗਰ ਇੱਥੇ ਹੁੰਦਾ ਭਤੀਜਾ ਹੁੰਦਾ ਨਾ ਤੇ ਇੱਥੇ ਨਹੀਂ ਹੁੰਦਾ ਫਿਲਮ ਲਾਈਨ ਚ ਕੁਸੀ ਹੁੰਦਾ ਨਹੀਂ ਇਹ ਇਹ ਮੇਰਾ ਇਹ ਦੱਸੋ ਹਰ ਬੰਦਾ ਸਟਾਫ ਉਹ ਹੁੰਦਾ ਇੱਥੇ ਹੁੰਦਾ ਇਹ ਮੇਰਾ ਫੈਨ ਆ ਤਾਂ ਮੇਰੇ ਕੋਲ ਆ ਗਿਆ ਬਾਈ ਆ ਦੇਖੋ ਬਾਈ ਓਏ ਸਹੀ ਮਾਹੌਲ ਆ ਉਹ ਮੇਰੀ ਗੱਡੀ ਲੱਗੀ ਬਾਈ ਕਰੋਨੀਸ ਕਿੱਥੇ ਬਾਈ ਉਹ ਕਾਲੇ ਰੰਗ ਦੀ ਆ ਵਾਲੀ ਹਾਂਜੀ ਓਕੇ ਮੇਰੇ ਲਿਆਂਦੀ ਹੋਈ ਪਰਸੋਂ ਚੌਥੀ ਪਰਸੋਂ ਜਾਂ ਚੌਥ ਉਹ ਦੇਖੋ ਜੀ ਕਰੋਨੀਸ ਦਾ ਮਾਲਕ ਉਹ ਉੱਪਰ ਰਹਿੰਦਾ ਛੱਤ ਤੇ ਹੈ ਤਾਂ ਝੂਠ ਹੀ ਆ ਜਿੱਥੇ ਪਰਸੋਂ ਕਹ ਲੋ ਬਾਈ ਕੱਲ ਆਈ ਉਹ ਦੇਖੋ ਜੀ ਕਰੋਨੀਸ ਦਾ ਮਾਲਕ ਰਹਿੰਦਾ ਕਰੋਨੀਸ ਨਹੀਂ ਭਰਾਵਾ ਕਰੋਨੀਸ ਉਹ ਤਾਂ ਪੜਦਾ ਹੀ ਨਹੀਂ ਪਿਆ ਤੂੰ ਅੱਛਾ ਕਰੋਨੀਸ ਨਹੀਂ ਨਹੀਂ ਕਰੋਨੀਸ ਨਹੀਂ ਹੈਗਾ ਬਾਈ ਇੱਕ ਵਾਰੀ ਫੇਰ ਬੋਲ ਦੋ ਸਾਰੇ ਕਰੋ ਉਹ ਹੈਗਾ ਕੀ ਆ ਉਹ ਸਾਹਮਣੇ ਲਿਖਿਆ ਕੀ ਹੋਇਆ ਉਹ ਦੋ ਮਿੰਟ ਇੱਥੇ ਤਾਂ ਦਿਖਣਾ ਹੀ ਨਹੀਂ ਹੈਗਾ ਬਾਈ ਸੀ ਓ ਆਰ ਓ ਐਨ ਐਸ ਦਾ ਕਰੋਨੀਸ ਸ਼ੀਸ਼ਾ ਗੰਦਾ ਦਿਖਣ ਲੱਗਿਆ ਕਰੋਨੀਸ ਹਾਂ ਕਰੋਨਾ ਦੀ ਭੈਣ ਦਾ ਨਾਮ ਹੈ ਕਰੋਨੀਸ ਕੀ ਹਾਲ ਹੈ ਇਹ ਬੰਦਾ ਤੁਹਾਨੂੰ ਕਹਿਣ ਕਹਿਣ ਲੈ ਕੇ ਚਾਹਾਂ ਪਿਲਾਉਂਦਾ ਇਹ ਬੰਦਾ ਨਹੀਂ ਪਿਲਾਉਂਦਾ ਉਹ ਪਿਲਾਉਂਦਾ ਰਾਤ ਬਈ ਸਵੇਰੇ 6 ਵਜੇ ਤੱਕ ਸ਼ੂਟ ਕੀਤਾ ਹੋਰ ਸਵਾਗਤ ਹੈ ਤੁਹਾਡਾ ਸ਼ੂਟ ਦੇ ਤੀਜੇ ਦਿਨ ਵਾਲੇ ਵਲੌਗ ਦੇ ਵਿੱਚ ਇਹ 7 ਦਸੰਬਰ ਦੇ ਕੇਕ ਪਏ ਨੇ ਅਤੇ ਅੱਜ ਕਿੰਨੀ ਹੋ ਗਈ 10 ਹੋ ਗਈ ਕਿ 9 ਆ ਬਈ ਅੱਜ 9 ਅਤੇ ਹਜੇ ਤੱਕ ਚੱਲੀ ਜਾਂਦੇ ਆ ਇਹ ਸਵਾਦ ਬਹੁਤ ਨੇ ਬਾਈ ਪ੍ਰਧਾਨੇ ਹੋ ਕੀ ਰਿਹਾ ਤਾਂ ਹੀ ਮਾਂ ਭੈਣ ਕਰ ਰੱਖੀ ਹੈ ਕੇਕਾਂ ਦੀ ਮੇਰੇ ਖਾਲ ਦੋ ਧਰੀ ਬੈਠੇ ਇਹ ਪਹਿਲੀ ਵਾਰ ਹਲਕਾਓ ਹੋਇਆ ਕਿ ਪਹਿਲਾਂ ਵੀ ਕਦੇ ਇੱਦਾਂ ਦਾ ਬੀਤਿਆ ਕੁਛ ਪਹਿਲੀ ਵਾਰ ਹੋਇਆ ਮਤਲਬ ਕੀੜੇ ਲੜਦੇ ਨੇ ਕਹਿ ਸਕਦੇ ਹਾਂ ਚੰਗਾ ਹੱਥ ਦਿਖਾਈ ਮੇਰਾ ਵੀਰ ਤੈਨੂੰ ਉਂਗਲੀ ਲਿਪੜ ਜਾਂਦੀ ਬਾਕੀ ਸਭ ਲਿਪੜੀ ਕਿਹੜੀ ਜ਼ਰੂਰੀ ਹੁੰਦੀ ਹੈ ਮਤਲਬ ਹੱਥ ਨਹੀਂ ਲਿਪੜਨੇ ਚਾਹੀਦੇ ਯਾਰ ਬਾਈ ਕਿੰਨੇ ਦਿਨ ਪੁਰਾਣੇ ਨੇ ਬਾਈ ਕੇਕ ਸਹੀ ਸੀ ਦੱਸੀ ਪਰਸੋਂ ਦਾ ਬਾਈ ਫਿਰ ਜਿੱਧਰ ਆਇਆ ਸੀ ਇਹ ਕਰਦਾ ਹੈ ਹਾਂ ਕਿ ਆਹ ਦੇ ਖਾਣਾ ਆਹ ਦੇ ਖਾਣਾ ਹੈ ਖਾ ਲੈ ਤੂੰ ਖਾ ਲੈ ਵੈਸੇ ਵੀ ਤਾਂ ਅਸੀਂ ਡਿੱਗਣਾ ਹੀ ਹੈ ਗੈਰੀ ਪਾ ਦੇਗਾ ਮੂੰਹ 'ਚ ਯਾਰ ਵਿਚਾਰੀ ਦੇ ਕੀ ਜਾਂਦੀ ਤੇਰੀ ਮੁਕਣੀ ਦੁਬਾਰਾ ਸ਼ੁਰੂ ਕਰੋ ਨਹੀਂ ਨਹੀਂ ਬਾਈ ਮੈਂ ਲੇਟ ਸ਼ੂਟ ਕਰਿਆ ਇਹਨੇ ਸਟਾਰਟਿੰਗ ਬੜੀ ਘੈਂਟ ਕਰੀ ਸੀ ਦੁਬਾਰਾ ਕਰੀ ਸ਼ੁਰੂ ਤੋਂ 128 ਵਾਲੇ ਤੋਂ ਇੱਕ ਵਾਰ ਦੁਬਾਰਾ ਨਹੀਂ ਯਾਰ ਆਹ ਕਰੋ ਤੂੰ ਤਾਂ ਬੋਰ ਜਿਹਾ ਕਰਤਾ ਕੰਜਰ ਛੱਡ ਦਿਓ ਚੱਲ ਹੁਣ ਤੂੰ ਉਹ ਵਾਲਾ ਕਰਕੇ ਖਾ ਲੱਗ ਕਿਹੜਾ ਉਹ ਯਾਰ ਹੱਦ ਅੱਛਾ ਕੋਈ ਹੈ ਨਹੀਂ ਤੇਰੇ ਕੋਲ ਹੁਣ ਯਾਰ ਬਈ ਅੱਜ ਤੀਜਾ ਦਿਨ ਆ ਸ਼ੂਟ ਦਾ ਅਤੇ ਸਾਰੇ ਲੱਗੇ ਪੈਣ ਦੇ ਤਿਆਰੀਆਂ 'ਚ ਯਾਰ ਸ਼ਾਰ ਹੋਈ ਜਾਂਦੇ ਨੇ ਆਪਾਂ ਤਾਂ ਹੋਲੇ ਅਤੇ ਹੁਣ ਇੱਥੇ ਥੋੜ੍ਹਾ ਸ਼ੋਰ ਸ਼ਰਾਬਾ ਬਾਹਲਾ ਮੈਂ ਸੋਚਦਾ ਪਿਆ ਵੀ ਮੈਂ ਗੱਡੀ 'ਚ ਜਾ ਕੇ ਦੋ ਘੜੀ ਆਰਾਮ ਕਰ ਲਾਂ ਜਾ ਕੇ ਮੈਂ ਤਾਂ ਇਹਦਾ ਲੇਟਦਾ ਥੋੜ੍ਹਾ ਜਿਹਾ ਲਾ ਕੇ ਹੀਟਰ ਆਪਾਂ ਬਹਿ ਜਾਣਾ ਇਹ ਮੇਰੀ ਖੜੀ ਗੁਲਾਬੋ ਅੱਧੇ ਟਾਈਮ ਸਭ ਤੋਂ ਵੱਡਾ ਸਹਾਰਾ ਮੇਰਾ ਮੇਰੀ ਗੱਡੀ ਆ ਯਾਰ ਸਭ ਜੀ ਗੱਲ ਆ ਮੇਰੇ ਕੋਲ ਇੱਥੇ ਮੋਹਾਲੀ ਘਰ ਵੀ ਨਾ ਹੋਵੇ ਨਾ ਵੀ ਸ਼ਾਮ ਜਾਣਾ ਕਿੱਥੇ ਆ ਜਾਂ ਕਿੱਥੇ ਨਹੀਂ
ਮੇਰੀ ਗੱਡੀ ਜਿੰਦਾਬਾਦ ਆ ਪਹਿਲਾਂ ਕਈ ਵਾਰ ਤਾਂ ਮੈਂ ਬਹੁਤਾ ਲੇਟ ਲੋਟ ਹੋ ਜਾਂਦਾ ਸੀ ਜਦੋਂ 3-4 ਵੱਜ ਜਾਂਦੀ ਸੀ ਮੈਂ ਤਾਂ ਗੱਡੀ 'ਚ ਸੋ ਜਾਂਦਾ ਸੀਗਾ ਕੰਬਲ ਕੁੰਬਲ ਲੈ ਕੇ ਅਤੇ ਇੱਕ ਦਿਨ ਕਰਾਂਗੇ ਬਾਈ ਆਹ ਵੀ ਵਲੋਗ ਕਰਨਾ ਆਪਾਂ ਨੇ ਹੈ ਨਾ ਵੀ ਪੂਰੀ ਰਾਤ ਗੱਡੀ ਦੇ ਵਿੱਚ ਗੁਜ਼ਾਰਨੀ ਆ ਔਫਿਸ ਤੋਂ ਆ ਕੇ ਫਿਰ ਔਫਿਸ ਵੀ ਜਾਣਾ ਵਾਪਸ ਅਤੇ ਆਹ ਵੀ ਆਪਾਂ ਵਲੋਗ ਬਣਾਵਾਂਗੇ ਵਿੱਚ ਰਹਿਣਾ ਪੂਰੀ ਰਾਤ ਵਿੱਚ ਸਭ ਕੁਛ ਮੈਂ ਕੁਛ ਵੀ ਨਹੀਂ ਮੈਂ ਵਿੱਚ ਰਹਿਣਾ ਸੋਣਾ ਸਭ ਅਤੇ ਕਰਾਂਗੇ ਵਲੋਗ ਕਰਾਂਗੇ ਚਲੋ ਮੈਂ 2 ਮਿੰਟ ਆਰਾਮ ਕਰ ਲਾਂ ਬਾਕੀ ਆਪਾਂ ਫਿਰ ਕਰਦੇ ਹਾਂ ਗੱਲ ਖਾਣਾ ਆ ਗਿਆ ਬਾਬਾ ਜੀ ਸਾਡਾ ਖਾਣਾ ਆ ਗਿਆ ਚਲੋ ਵੀ ਆਪਣਾ ਇੱਕ ਸੀਨ ਹੋ ਗਿਆ ਸ਼ੁੱਟ ਅੱਗੇ ਚੱਲੀ ਜਾਂਦਾ ਬੱਚਾ Ready? Yes. Roll. Rolling. Action. ਆਹ ਦੇਖੋ ਬਈ ਆਮਲੇਟ ਮੈਗੀ ਵਾਲਾ ਰਜਿਸਟਰਡ ਹੋ ਚੁੱਕਿਆ ਸੋਰੀ ਤਤਲਾ ਗਿਆ ਇਹ ਰਜਿਸਟਰਡ ਹੋ ਗਿਆ ਇਹ ਆਈਡੀਆ ਆਮਲੇਟ ਮੈਗੀ ਵਾਲਾ ਸਿੱਧੂ ਬਾਈ ਦੇ ਨਾਮ ਲੈ ਭਾਈ ਕਰੀਏ ਟੇਸਟ ਬਾਈ ਕਿੱਦਾਂ ਅੱਛਾ ਤਾਂ ਹੀ ਇੰਨਾ ਟਾਈਮ ਲੱਗ ਗਿਆ ਉੱਥੇ ਰਸੋਈ 'ਚ ਮੈਂ ਚਾਹ ਬਣਾਉਂਦਾ ਮਤਲਬ ਤੁਸੀਂ ਤਾਂ ਨਹੀਂ ਰੋਟੀ ਖਾਂਦੇ ਵੀ ਟਿਕਾਈ ਦੇ ਨਾਲ ਇੱਕ ਸਪੈਸ਼ਲ ਚੀਜ਼ ਖਾਵਾਂਗੇ ਹੈ ਯਾਰ ਮੇਰੀ ਉਹੀ ਨਾ ਘਰ ਵੀ ਖਾਣ ਦੀ ਆਦਤ ਹੈ ਦਿਲ ਕੀਤਾ ਨਾ ਬਹੁਤ ਵੀ ਲੱਗ ਗਿਆ ਕਰਨਾ ਤਾਂ ਕਰਨਾ ਹੈ ਫਿਰ ਓਕੇ ਆ ਦੇਖੋ ਆ ਗਿਆ ਜੀ ਆ ਗਿਆ ਹਿੱਸਾ ਮੰਗ ਰਹੇ ਅਗਲੇ ਬਹੁਤ ਸਵਾਲ ਬਾਈ ਹਿੱਸਾ ਮੰਗਦਾ ਇੱਥੇ ਭੇਜ ਦੇ ਸੀ ਪਾਣੀ ਚੀਜ਼ ਨਾ ਹੈ ਆ ਦੇਖ ਲਓ ਕੀ ਚੱਲਦਾ ਇੱਕ ਵਾਰ ਰਿਪੀਟ Starting से repeat. ਓਏ ਕੀ ਲੱਛਣ ਫੜੇ ਆ ਯਾਰ ਹਟ ਜੋ ਹਟ ਜੋ ਜੋਤੀ ਜੱਸੇ ਦਾ ਪਤਾ ਸੀ ਤੂੰ ਵੀ ਆਈ ਯਾਰ ਕਦਾ ਕਰਨ ਲੱਗ ਗਈ ਓਏ ਆਹ ਕੰਮ ਜ਼ਿਆਦਾ ਹੋ ਗਿਆ ਇਹ ਜ਼ਿਆਦਾ ਹੋ ਗਿਆ ਜੀ ਜਵਾਤਾਂ ਨੇ ਕਾਬੂ ਕਰਿਆ ਕਰ ਮਾੜਾ ਖਾਣਾ ਮੁੱਛਾ ਕਿਵੇਂ ਲੁੱਟੀ ਮੁੱਛਾ ਸਾਹਮਣੇ ਸਾਫ਼ ਕਰ ਲਈ ਕਿਹਨੇ ਮਾਰੀ ਚਲੋ ਬਈ ਕਹਿੰਦਾ ਖਰਾਬ ਕੇਕ ਆ ਖਾਣਾ ਨਹੀਂ ਹੈਗਾ ਓਕੇ ਖਬਰਦਾਰ ਕਿਸੇ ਨੇ ਖਾਧਾ ਤਾਂ ਦੇਖ ਰਿਹਾ ਸੀਗਾ ਮੈਂ ਡਾਇਲੋਗ ਕੀ ਅੱਗੇ ਉਹ ਸਾਡੇ ਮੇਕਿੰਗ ਵਾਲੇ ਆ ਗਏ ਬੰਦੇ ਤ੍ਰਿਪਤੀ ਉਹ ਤ੍ਰਿਪਤੀ ਭਇਆ ਛੋਟੇ ਭਇਆ ਇਹ ਉਹੀ ਕੁੜੀ ਆ ਬਈ ਭਇਆ ਵਾਲੀ ਭਇਆ ਛੋਟੇ ਭਇਆ ਹਾਂਜੀ ਵੀਰੇ ਖੁਸ਼ਬੂ ਆ ਰਹੀ ਹੈ ਮਾੜਾ ਹੌਲੀ ਬੋਲੋ ਹਨਾ ਆਹ ਖੁਸ਼ਬੂ ਮੈਨੂੰ ਵੀ ਹੋਣੀ ਕਿ 2 ਮਿੰਟ ਪਹਿਲਾਂ ਆ ਗਿਆ ਠੀਕ ਆ ਟਾਂਬੇ ਦੀ ਖੁਸ਼ਬੂ ਕਰ ਲੋ ਯਾਰ ਕੀ ਕਰਨਾ ਚਾਹ ਪੀਣੀ ਹੈਗੀ ਚਾਹ ਇਹ ਤਾਂ ਹੈ ਹੀ ਨਹੀਂ ਖਾਲੀ ਆ ਇੱਧਰ ਰੱਖੀ ਹੋਈ ਹੈ ਤੈਨੂੰ ਕੌਣ ਛੱਡਦਾ
ਹੈਗਾ ਆਪਣਾ ਮਿੱਤਰ ਵਿਜੇ ਕੁਮਾਰ ਸਿੰਗਲਾ ਚਲੋ ਭਾਜੀ ਚਲੋ ਜੀ ਬੈਠਣ ਕਿਹਨੇ ਕਿਹਾ ਸੀ रात 2:09 जब तक है बियर भाई जी अपनी ड्यूटी लगे हुए यार भैया की दिल्ली बनाया ये बस अपने घर से मेरे लिए भी कर देना तैयार कमाल गरीबी है प्रधान सच्ची कमाल गरीब है देखा जी बहुत सोहना लगी जाता तो आ मैगी रंग बिरंगी बाबे कि सोहना बनाया वो देखता सी उत्ते ऐ ना करा साइड ते मित्र भी मैं ही मारने तुहानू जो सवेरे कुड़कुड़ जी कर दियो ना फिर तुसीं कहणा भाई पैंदा वा फिर ते मुंह पग लगर कर तुरे रहंदे हो टाइम सवेर 3:18 ते सीन चल रहा जस्से अते ज्योति दा रोमांटिक तेनू साले भूत लगी जाने ਅੱਜ ਜਵਾਦਾਂ ਤੇ ਕਾਬੂ ਕਰਨਾ ਕਰਦੇ ਨੇ ਬਾਈ ਜੀ ਤੈਨੂੰ ਪਤਾ ਗੋਲਡਨ ਸ਼ਾਟ ਹੈ ਆਪਣਾ ਮੇਰਾ ਸਪੈਸ਼ਲੀ ਬਾਈ ਤੂੰ ਆ ਸ਼ਾਟ ਦੇ ਨਾਲ ਤੈਨੂੰ ਫਿਲਮਾਂ ਹੀ ਫਿਲਮਾਂ ਮਿਲਣੀਆਂ ਚੱਕ ਦੇ ਫੱਟੇ ਪਤਾ ਤੈਨੂੰ 50,000 ਕੱਢ ਫਿਰ 50,000 ਕੱਢ ਕੀ ਕਰ 50,000 ਕੱਢ ਹਾਂ ਉਹ ਤੁਹਾਡੀ ਮੈਂ ਨੂੰ ਪੁੱਠੀ ਪੈ ਜੀ ਵੀ ਬੋਲਦੀ ਨਾ ਬੰਦੇ ਪੁੱਠੇ ਪੈ ਗਏ ਆਪਣੇ ਤੇ ਚਲੋ इज्जत कर लिया करो या बेइज्जती कर लिया करो यार दोनों चीजा कट्ठिया कौन करता हुंदा बैलेंस बना के चल रहे हो तेनू क्या पता नहीं नहाता तेनू कि पता चूहे चो मुश्क आंदी है माता याद कराती बंदे एक कुछ नहीं हो रहा आन दो शाबाश ओ विजय तू तो कैमरे च भाई पहचान च नहीं आता मैं क्या बंदा केड़ा आ गया नवा पिंक लाइट ने तेन जो भी बदल के रखता पिंक ही बना छड़िया लाइटिंग देखो भाई लाइटिंग तुसी नीली नीली पिंक पिंक गुलाबी गुलाबी येलो येलो डटी फैलो कमाल है इस बंदे का इस बंदे का कमाल है मेरा मतलब मेरा सेल्फी चल रही है ना ना वीरे तेरे भी दिखा रहा है तेरे दिखा रहा है मैगी नाले चक ले कंडी मेहनत करते ने बंदे हो सड़े हो बलों का
ਵੀ ਚੱਲੀ ਜਾਣਾ ਸੀ ਕੁਛ ਆਪਾਂ ਲੱਗਿਆ ਸੋਣ ਮੈਂ ਗਿਆ ਥੱਕ ਕੁੜੀ ਤਾਂ ਸਾਨੂੰ ਨਹੀਂ ਉਹ ਮਿਲਦੀ ਕੁੜੀ ਤਾਂ ਸਾਨੂੰ ਫਸਦੀ ਨਹੀਂ ਉਹ ਗਰਜੰਟ ਨਾਲ ਹੈ ਪਿਆਰ ਦੁਬਾਰਾ ਗਰਜੰਟ ਨਾਲ ਪਿਆਰ ਗਰਜੰਟ ਨਾਲ ਗੁਜ਼ਾਰਾ ਗੱਲਾਂ ਦੋ ਗਲੀਆਂ ਕਰਦਾ ਬਾਈ ਇਹ ਇੱਥੇ ਅੰਕਲ ਹੋਣੀ ਤੇ ਨਾਲੇ ਚੱਪਲਾਂ ਕੱਢ ਜਾ ਮੇਰੀਆਂ ਹਾਂ ਉਹ ਖੜਗਾ ਤਾਂ ਹੁੰਦਾ ਥੱਲੇ ਕਮਰੇ 'ਚ ਨਾ ਮੈਂ ਨਿੱਚੇ ਗਿਆ ਸੀ ਕੱਪੜੇ ਲੈਣ ਉਹ ਹੁਣ ਚੁੱਪ ਕਰਨ ਗਿਆ ਆਵਾਜ਼ ਨਹੀਂ ਜਾਊਗੀ ਆ ਕਹਿੰਦਾ ਗਾਹ ਭਾ ਗਾਹਣਾ ਪਵੇ ਬੋਲਣਾ ਤਾਂ ਪਊਗੀ ਉਹ ਸਾਰਿਆਂ ਨੇ ਜਿਹੜੇ ਡਾਇਲੋਗ ਬੋਲ ਦੇਗਾ ਤੂੰ ਚੁੱਪ ਕਰ ਮਾੜੀ ਆਵਾਜ਼ ਦਾ ਕਰ ਲਾ ਯਾਰ ਐਂ ਤਾਂ ਪਤਾ ਨਹੀਂ ਲੱਗਦਾ ਕੁਛ ਹੋਰ ਦਿਖੀ ਜਾਂਦਾ ਛੋਟੇ ਬੁੜੇ ਨੇ ਦਰਾਂ ਚ ਮੰਜੀ ਡਾਈ।